مباشرتاً خطاب فرمائیں گے باواز بلندر صلوات. آخر تو ختم ہو گیا بیعت کا مسئلہ، طالب نہ ہوگا اب کوئی کائنات میں. زینب نے صبر و ضبط کی چادر میں باندھ کر بیعت کی لاش پھینک دی نہر فرات میں. بہو سونا ہی علی اکبر حسین دا، بھٹی صاحب دے لفظ سلطان زاکرین بابا احمد بخش بھٹی صاحب اور فرمندے انہوں نے کہا بہو سونا ہی اکبر حسین دا، جیڑا سونا ہی اوڈا اوکھا لتھا ہے. یہ جڑا ٹائم ہے میں سمجھا کسے ذاکر دے پڑھن دا محتاج نہیں. تھوڑا احساس ہے دس دیہڑے تو سن نوکریاں کیتیاں ماتمی بھی آزادار. یہ تو بندہ دو گلاں یاد کر کے رو سکتا ہے، حسین تے کربلا، زینب تے شام. میں حکم ہے اذان تک، شہزادے دی اذان تک تھوڑا جہا جناب علی اکبر پڑھا، اندر بعد پھر اذان علی اکبر، اندر بعد پھر ایک جملہ شہادت میں مکمل کراں گا. ہم شکل نبی دے وال دی قیمت پوچھے جے کوئی، لیلا توں شبیر دے پتر دا پاک پسینہ ہائی مہنگا کل دنیا. اکبر دی لاش دے کول کھلو کے پوچھیا لیلا دی کبرا توں، میں زخمی پتر دا منہ چومنا ہے ذرا پوچھ دے آن دی. میں پہلے آکھے کسے ذاکر دے پڑھن دا محتاج نہیں. جڑا مسئلہ دا کوئی مردہ ہوئے پیو کھڑ دائے میت تو دورے، کھل پگوں دی دے پیج ویندن جھک ویندی کمر. میں صدقے کائنات دے وچ کل صابراں دا سلطان جڑا مشہور ہے، او وی تلیاں ٹیک کے پچھدا میں ڈک کے تھے اکھیاں دا. میں بسم اللہ کروں، میں بسم اللہ کوشش کرو، کوشش کرو. منو احساس ہے تہاڈا تھکے ہوئے ہو.
ਅਲੀ ਅਕਬਰ ਦਾ ਮਸਾਇਬ ਨਬੀ ਦੀ ਡੁੱਖੇ ਪਾਸੇ ਵਾਲੀ ਧੀ ਫਰਮਾਉਂਦੀ ਹੈ ਜਿਹਨੂੰ ਅਲੀ ਅਕਬਰ ਦੀ ਸ਼ਹਾਦਤ 'ਤੇ ਰੋਣ ਨਹੀਂ ਆਉਂਦਾ, ਮੇਰੇ ਪਾਸੇ ਦੇ ਦਰਦ ਵੱਧ ਪੈਂਦੇ ਨੇ। ਬੀਬੀ ਫਰਮਾਉਂਦੇ ਤੈਂ ਡਿੱਠਾ ਜੋ ਨਹੀਂ, ਮੇਰਾ ਅਕਬਰ ਕਿਹੜਾ ਸੋਹਣਾ, ਮੇਰੇ ਹੁਸੈਨ ਦਾ ਅਲੀ ਅਕਬਰ ਕਿਹੜਾ ਸੋਹਣਾ। ਅੱਲਾਹੋ ਅਕਬਰ, ਯੂ ਦੇ ਸਾਹਮਣੇ ਆਇਆ ਖੜੇ, ਬਾਬਾ ਮੌਤ ਦੀ ਇਜਾਜ਼ਤ, ਸੈਦ ਆਦਨ ਮੈਂ ਰਾਜ਼ੀ ਹਾਂ, ਮੇਰੀ ਔਖੀ ਸੌਖੀ ਨਿਭ ਵੈਸੀ, ਮਾਂ ਕੋ ਮੇਲਾ। ਅਲੀ ਅਕਬਰ ਫਰਮਾਉਂਦੇ ਬਾਬਾ ਰਾਤ ਦਾ ਮੇਲਾ ਹੈ, ਸੈਦ ਆਦਨ ਪਾਲਣ ਵਾਲੀ ਕੋ ਨਹੀਂ ਜਾਵਣ ਵਾਲੀ ਕੋ ਮੇਲਾ। ਰੋਣ ਵਾਸਤੇ ਲਫ਼ਜ਼ ਹੁੰਦੇ, ਮੈਂ ਹਾਲਾਤ ਪੈਦਾ ਕਰਦਾ। ਜਾਵਣ ਵਾਲੀ ਕੋ ਮੇਲਾ, ਅਲੀ ਅਕਬਰ ਆਦਨ ਬਾਬਾ ਮੈਂ ਆਪਣੀ ਸੱਕੀ ਮਾਂ ਲੈਲਾ ਕੋ ਵੀ ਮੇਲਾ ਹੈ। ਅਕਬਰ ਕਹਿਣ ਸਹੀ, ਜੋ ਤੇਰੀ ਸੱਕੀ ਮਾਂ ਲੈਲਾ ਹੈ। ਬਾਬਾ ਰਾਤ ਮੇਰਾ ਤੇ ਚਾਚੇ ਅਬਾਸ ਦਾ ਇਕੱਠਾ ਪਾਰਾ ਹੀ, ਮੇਰਾ ਚਾਚਾ ਮੇਰਾ ਹੱਥ ਨੱਪ ਕੇ ਆਪਣੇ ਖੈਮੇ ਗਿਣ ਗਿਆ, ਬਾਬਾ ਮੇਰੇ ਵਾਸਤੇ ਕੁਰਸੀ ਰੱਖੀ ਹੈ, ਸ਼ਬੀਰ ਦੀ ਢਾਹ ਨਿਕਲੀ ਹੈ, ਅਕਬਰ ਤੂੰ ਕੁਰਸੀ 'ਤੇ ਬੈਠਾ ਰਿਹਾ ਅਤੇ ਮੇਰਾ ਫਿਰਾ। ਬਾਬਾ ਮੇਰੇ ਸਾਹਮਣੇ ਜ਼ਮੀਨ 'ਤੇ ਬਹਿ ਗਏ, ਮੈਂ ਕੁਆਦਾ ਹੀ ਮੈਂ ਅਲੀ ਬਣ ਕੇ ਜ਼ਮੀਨ 'ਤੇ ਬਹਿਣਾ, ਤੂੰ ਮੁਹੰਮਦ ਬਣ ਕੇ ਕੁਰਸੀ 'ਤੇ ਬਹੋ, ਮੈਂ ਮੁਹੰਮਦ ਦੀ ਜ਼ਿਆਰਤ ਕਰਾਂ ਅਲੀ ਬਣ ਕੇ। ਬਾਬਾ ਉਸ ਵੇਲੇ ਮੇਰੇ ਚਾਚੇ ਮੇਰੇ ਕੋ ਦੱਸੇ, ਅਲੀ ਅਕਬਰ ਮੈਂ ਜਾਣਾ ਅਤੇ ਸ਼ਬੀਰ ਜਾਣੇ, ਮੈਂ ਜਾਣਾ ਅਤੇ ਆਲੀਆ ਜਾਣੇ, ਵੰਜ ਆਪਣੀ ਸੱਕੀ ਮਾਂ ਕੋ ਮੇਲਾ। ਬਾਬਾ ਤੇਰੀ ਇਮਾਮਤ ਦੀ ਕਸਮ ਹੈ, ਮੈਂ ਕੋ ਚਾਚੇ ਦੱਸੇ ਜੋ ਤੇਰੀ ਸੱਕੀ ਮਾਂ ਲੈ ਲੈ, ਮੈਂ ਮਾਂ ਦੇ ਖੈਮੇ ਆਇਆ, ਮੇਰੀ ਮਾਂ ਕੁਰਾਨ ਪਈ ਪੜ੍ਹਦੀ ਆਈ, ਮੈਂ ਸਲਾਮ ਕੀਤਾ, ਅੰਮਾ ਲੈਲਾ ਰੋ ਕੇ ਆਦੀ ਅਕਬਰ ਲਾਲ ਭੁੱਲ ਗਈਆਂ, ਤੇਰੀ ਮਾਂ ਦਾ ਖੈਮਾ ਅਗਲਾ। ਅਲੀ ਅਕਬਰ ਆਦਮ ਮਾਂ ਚਾਚੇ ਅੱਬਾਸ ਜ਼ਮਾਨਤ ਚਾਹੀਏ, ਜਿਵੇਂ ਜੋ ਬੀਬੀ ਸੁਣਿਆ ਚਾਚੇ ਅੱਬਾਸ ਜ਼ਮਾਨਤ ਚਾਹੀਏ, ਹੱਥਾਂ ਤੇ ਕੁਰਾਨ ਬੁਲੰਦ ਕੀਤਾ, ਬੀਬੀ ਆਦੀ ਫਜ਼ਲ ਦੀ ਹਯਾਤੀ ਵੀ ਸਦਕੇ ਸਦਕੇ ਸ਼ਾਲ ਅੱਬਾਸ ਦੇ ਫਜ਼ਲ ਦੇ ਲੱਖ ਹੋਣੀ ਜੇ 18 ਸਾਲ ਦੇ ਬਾਅਦ ਮੈਨੂੰ ਮੇਰਾ ਬੱਚੜਾ ਮਿਲਾ। ਸ਼ਾਬਾ ਸ਼ਾਬਾ ਸ਼ਾਬਾ, ਕੋਸ਼ਿਸ਼ ਕੋਸ਼ਿਸ਼। ਜ਼ਾਕਿਰ ਦਾ ਕੰਮ ਹੁੰਦਾ ਲਫ਼ਜ਼ ਪੇਸ਼ ਕਰਨੇ, ਮਿਹਨਤ ਕਰਨੀ। ਅੱਲਾਹੁ ਅਕਬਰ, ਰੱਜ ਕੇ ਮੁਕਾਣ ਡਿਓ, ਪਤਾ ਨਹੀਂ ਆਉਂਦਾ ਕੋਈ ਹੋਵੇ ਕੋਈ ਨਾ ਹੋਵੇ, ਪੁਰਸੇ ਦੀ ਮਜਲਿਸ ਆ ਕੇ ਜਿਹੜੀ ਅੱਖ ਜਵਾਨ ਅਲੀ ਅਕਬਰ ਨੂੰ ਨਹੀਂ ਰੋ ਸਕਦੀ, ਉਹ ਲੱਖਾਂ ਹੀ ਨਾ ਦੇਵੇ। ਅੱਲਾਹੁ ਅਕਬਰ, ਬੀਬੀਆਂ ਦੀ ਅਕਬਰ ਜੇ ਆ ਗਈਆਂ ਏ ਤਾਂ ਆ ਮੇਰੀ ਝੋਲੀ 'ਚ ਸਾਹਮਣ, ਬਾਬੇ ਕੋ ਹਾਲਾਤ ਦੱਸੇ ਦੇ ਖੜੇ ਨੇ। ਬਾਬਾ ਮੈਂ ਮਾਂ ਦੀ ਝੋਲੀ 'ਚ ਸਾਂਭੀਆਂ, ਮੇਰੇ ਸੀਨੇ ਦੇ ਬਟਨ ਖੋਲੇ, ਸੀਨੇ ਦਾ ਬੋਸਾ ਗਿਣ ਕੇ ਆ ਦੀਏ, ਸੁਗਰਾ ਦਾ ਬੋਸਾ ਹੀ ਮਿਲਾ। ਮੈਂ ਸਦਕੇ ਥੀਵਾ, ਉਜੜੀ ਨਿਖੜੀ ਦੇ ਹਿੱਸੇ ਦਾ ਬੋਸਾ ਹੀ ਮਿਲਾ। ਬਾਬਾ ਮੈਂ ਸੋਚਦਾ ਰਹੀ ਹਾਂ, ਏਡੀ ਸ਼ੌਕ ਭਰੀ ਮਾਂ ਕੋਲ ਮੌਤ ਦੀ ਇਜਾਜ਼ਤ ਕਿਵੇਂ ਮੰਗਾਂ। ਬਾਬਾ ਮੈਂ ਸੋਚਦਾ, ਅਗਰ ਮੈਂ ਮਾਂ ਕੋਲ ਮੌਤ ਦੀ ਇਜਾਜ਼ਤ ਮੰਗੀ, ਮੇਰੀ ਮਾਂ ਤਾਂ ਮਰ ਰਹੀ ਸੀ, ਆਖਰ ਅੰਮਾ ਲੈਲਾ ਮੇਰੇ ਪਾਸ ਦੇ ਕੇ ਆਦੀ ਅਕਬਰ ਲਾਲ, ਬੇਸ਼ੱਕ ਦੇਰ ਨਾਲ ਆਇਆ, ਮੈਂ ਸਮਝ ਸਕਦੀ ਹਾਂ ਮੈਂ ਬਤੂਲ ਦੀ ਨੂੰਹ ਹਾਂ, ਤੂੰ ਮੇਰੇ ਕੋਲੋਂ ਕੁਝ ਮੰਗਣਾ ਚਾਹਣਾ। ਮਾਂ ਦਾ ਹੱਥ ਨਾ ਪੀ ਅਕਬਰ ਆਦਨ, ਅੰਮਾ ਵੱਤ ਮੰਗਾਂ ਡੇਸੇ, ਬੀਬੀ ਆਦੀ ਮੈਂ ਜ਼ਹਰਾ ਦੀ ਨੂੰਹ ਹਾਂ, ਮੰਗਦਾ ਸਹੀ
ਅਲੀ ਅਕਬਰ ਵਾਤਾ ਦੇ ਅੰਮਾ ਵਤ ਡੇ ਸੇ ਬੀਬੀ ਰੋ ਗਿਆ ਦੀਏ ਮੇਰੇ ਪਿਆਰ ਦੀ ਦੌਲਤ ਜਾਣੇ ਅਕਬਰ ਅੱਜ ਮਾਂ ਦਾ ਸਬਰ ਅਜ਼ਮਾਈ ਤੇਰੀ ਸੂਰਤ ਨੂੰ ਮੈਂ ਸਿੱਖਦੀ ਪਈਆਂ ਮੇਰੇ ਸਾਹਮਣੇ ਨੀਰ ਵਹਾ ਨਹੀਂ ਮੈਂ ਸਦਕੇ ਮੈਂ ਸਦਕੇ ਮੰਗੀ ਕਿਹੜੀ ਸ਼ਾਇ ਅਲੀ ਅਕਬਰ ਬੀਬੀ ਆਖੀ ਕਿਹੜੀ ਗੱਲ ਮੈਂ ਜਾਣਦੀ ਆਂ ਜੋ ਤੈਂ ਮੰਗਣਾ ਤੂੰ ਬੇਸ਼ੱਕ ਮੰਗ ਘਬਰਾ ਨਹੀਂ ਮੈਨੂੰ ਖਾਤੂ ਨੇ ਕਿਆਮਤ ਦੀਆਂ ਕੋਈ ਇਸਮਾਈਲ ਦੀ ਸਦਕੇ ਅੱਲਾਹੁ ਅਕਬਰ ਜਾਵਣ ਵਾਲੀ ਦਾ ਸਲਾਮ ਕਰਕੇ ਪਾਲਣ ਵਾਲੀ ਦੇ ਖੇਮੇ ਆਏ ਜਿਵੇਂ ਬਜ਼ੁਰਗ ਤਰਤੀਬ ਦੇ ਗਏ ਮੈਂ ਸਦਕੇ ਥੀਵਾਂ ਸਲਾਮ ਕੀਤੇ ਅਲੀ ਅਕਬਰ ਜ਼ਮੀਨ 'ਤੇ ਬਹਿ ਗਏ ਰੋਣਾ ਸ਼ੁਰੂ ਕੀਤਾ ਅਲੀ ਦੀ ਧੀਵੇਂ ਆਈ ਹੈ ਜਿਵੇਂ ਤੱਸਾ ਪਾਣੀ ਦੋਰ ਬੀਬੀਆਂ ਦੀਆਂ ਸਾਰੀ ਜ਼ਿੰਦਗੀ 18 ਸਾਲਾਂ 'ਚ ਤੇਰੇ ਕੱਪੜਿਆਂ ਨੂੰ ਮਿੱਟੀ ਨਹੀਂ ਲੱਗਣ ਦਿੱਤੀ ਮੇਰੀ ਜ਼ਿੰਦਗੀ 'ਚ ਤੂੰ ਰੋਵੇਂ ਅਕਬਰ ਲਾਲ ਮੈਂ ਬਰਦਾਸ਼ਤ ਨਹੀਂ ਕਰਦੀ ਅਲੀ ਅਕਬਰ ਆਦਨ ਮਾਂ ਮੈਂ ਜਾਵਣ ਵਾਲੀ ਮਾਂ ਨੂੰ ਮਿਲਾਂ ਮੇਰੇ 'ਤੇ ਨਾਰਾਜ਼ ਹੈ ਆਲੀਆ ਸੈਨ ਰੋ ਕੇ ਆਦੀ ਤੇ ਕੁੱਕੇ ਆਖਾਏ ਮੈਂ ਰੁੱਸ ਪਈਆਂ ਮੇਰੀ ਅੱਖੀਆਂ ਦੀ ਬਿਨਾਈ ਮੈਂ ਖੁਸ਼ ਥਈਆਂ ਮਾਂ ਲੈਲਾ ਤੋਂ ਆਦੇ ਲਾਹਦੀ ਮਸ ਚੁੰਮ ਸਦਕੇ 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 ਅੱਲਾਹੁ ਅਕਬਰ ਬੀਬੀ ਰੋ ਕੇ ਆਦੀ ਹੈ ਅਕਬਰ ਲਾਲ ਟਾਈਮ ਬਹੁਤ ਥੋੜ੍ਹਾ ਹੈ ਤੈਂ ਟੁਰ ਵੰਜਣਾ ਮੈਂ ਰੁੱਲ ਵੰਜਣਾ ਹੈ ਅਕਬਰ ਮੈਂ ਤੇਰੀ ਸ਼ਾਦੀ ਵਾਲੇ 18 ਜੋੜੇ ਬਣਾ ਕੇ ਰੱਖੇ ਹੋਏ ਸਾਰੇ ਪਾਵਣ ਦਾ ਤਾਂ ਟਾਈਮ ਨਹੀਂ ਪਰਦੇ 'ਚ ਆਈ ਹੋਈਆਂ ਮਾਵਾਂ ਭੈਣਾਂ ਮੁਰਸ਼ਿਦਜ਼ਾਦੀਆਂ ਤੁਹਾਡੇ ਹਿੱਸੇ ਦੇ ਵਹਿਣ ਨੂੰ ਦਿਓ ਅੱਲਾ ਕਰੇ ਮੈਂ ਪੜ੍ਹ ਲਵਾਂ ਤੁਸੀਂ ਸੁਣ ਲਵੋ ਸਾਰੇ ਜੋੜੇ ਪਾਵਣ ਦਾ ਟਾਈਮ ਨਹੀਂ ਅਕਬਰ ਮਿੰਨਤ ਲਾ ਮਾਂ ਦੀ ਹਸਰਤ ਇੱਕ ਵਾਰੀ ਮੈਂ ਕੋਈ ਘੋਟ ਬਣ ਕੇ ਲਿਖਾਂ ਇੱਕ ਜੋੜਾ ਸ਼ਾਦੀ ਦਾ ਪਾ 18 ਜੋੜਿਆਂ 'ਚੋਂ ਇੱਕ ਜੋੜਾ ਸ਼ਾਦੀ ਵਾਲਾ ਜ਼ੇਬ ਤਨ ਕਰ ਬਾਕੀ ਦੇ ਮੈਂ 17 ਜੋੜੇ ਜ਼ਮੀਨ 'ਤੇ ਰੱਖਦੀਆਂ ਉਹਨਾਂ 'ਤੇ ਪੈਰੇ ਲਾ ਮੈਂ ਸਦਕੇ ਥੀਵਾਂ ਇੱਕ ਸ਼ਾਦੀ ਵਾਲਾ ਜੋੜਾ ਪਾ ਕੇ ਵੀ ਖਾ ਬਾਕੀ ਦੇ ਮੈਂ ਜ਼ਮੀਨ 'ਤੇ ਰੱਖਦੀ ਹਾਂ ਉਹਨਾਂ 'ਤੇ ਟੁਰ ਕੇ ਵੀ ਖਾ ਸ਼ਾਦੀ ਵਾਲਾ ਜੋੜਾ ਜ਼ੇਬ ਤਨ ਫਰਮਾਏ ਸ਼ਹਿਜ਼ਾਦੇ ਬਾਕੀ ਦੇ ਜੋੜੇ ਬੀਬੀ ਜ਼ਮੀਨ 'ਤੇ ਰੱਖੇ ਅਲੀ ਅਕਬਰ ਉੱਤੇ ਪੈਰ ਲਾਉਣੇ ਸ਼ੁਰੂ ਕੀਤੇ ਟੁਰਨਾ ਸ਼ੁਰੂ ਕੀਤਾ ਹੈ ਕਰਬਲਾ ਦੇ ਗਰੀਬ ਨੂੰ ਪਤਾ ਲੱਗਾ ਜੋ ਮੇਰੀ ਭੈਣ ਅਲੀ ਅਕਬਰ ਨੂੰ ਘੋਟ ਬਣਾਈ ਖੜੀ ਹੈ ਮੇਰੀ ਜ਼ਾਕਰੀ ਦੇ ਔਖਾ ਮਰਹਲਾ ਹੈ ਜਿੱਥੇ ਮੈਂ ਆ ਗਿਆ ਅੱਲਾ ਕਰੇ ਮੈਂ ਲਫ਼ਜ਼ ਪਹੁੰਚਾ ਲਵਾਂ ਸ਼ਬੀਰ ਨੂੰ ਪਤਾ ਲੱਗਾ ਹੈ ਜੋ ਮੇਰੀ ਭੈਣ ਮੇਰੀ ਆਦੀ ਭਾਈਵਾਲ ਮੇਰੇ ਬੱਚੜੇ ਨੂੰ ਘੋਟ ਬਣਾਈ ਬੈਠੀ ਹੈ ਦੁਲਹਾ ਬਣਾਈ ਬੈਠੀ ਹੈ ਜਲਦੀ ਦੇ ਨਾਲ ਭੈਣ ਦੇ ਖੈਮੇ ਆਏ ਭੈਣ ਦਾ ਹੱਥ ਚੁੰਮ ਕੇ ਆ ਦਿਨ ਅਲੀ ਅਕਬਰ ਕੋ ਸ਼ਾਦੀ ਵਾਲਾ ਜੋੜਾ ਤੈਂ ਪਵਾਏ ਭੈਣ ਅਗਰ ਇਜਾਜ਼ਤ ਦੇਵੇਂ ਤਾਂ ਪੱਗ ਮੈਂ ਬਦ ਛੋੜਾਂ ਬਦਬਖਤ ਬੰਦਾ ਜਿਹੜੀ ਅੱਜ ਵੀ ਹਾਏ ਨਾ ਨਿਕਲੇ ਅਗਰ ਇਜਾਜ਼ਤ ਦੇਵੇਂ ਤਾਂ ਪੱਗ ਮੈਂ ਬਦ ਛੋੜਾਂ ਬੀਬੀ ਆਦੀ ਤੇਰੀ ਆਦੀ ਭਾਈਵਾਲ ਹਾਂ ਜਿਵੇਂ ਦਿਲ ਯੂਮਤ ਕਰ ਮੈਂ ਰਾਜ਼ੀ ਹਾਂ
ਮੈਂ ਸਦਕੇ ਥੀਵਾਂ, ਮੈਂ ਕਹਿੰਦਾ ਮੇਰੀ ਜ਼ਾਕਰੀ ਦਾ ਔਖਾ ਮਰਲਾ। ਸਾਡੇ ਪਾਸੇ ਰਿਵਾਜ਼ ਏ, ਪੱਗ ਬੰਨਣ ਦਾ ਜਿਹੜਾ ਅੰਦਾਜ਼ ਏ, ਉਹ ਇਵੇਂ ਲੜ ਰੱਖਦੇ ਨੇ ਇਹ ਇੰਜ। ਅਰਬ ਦੇ ਪਾਸੇ ਲੜ ਨਹੀਂ, ਸਿੱਧਾ ਮਾਮਾ ਬਧਿੰਦੇ ਨੇ ਇਵੇਂ। ਲੇਕਿਨ ਅੱਜ ਸ਼ਬੀਰ ਆ ਮਾਮਾ ਨਹੀਂ ਬਧੇ, ਔਖੇ ਲਫਜ਼ ਇਨਸ਼ਾਅੱਲਾ ਪਹੁੰਚ ਹੋਣੇ। ਅੱਜ ਇਸ ਰੰਗ ਨਾਲ ਪੱਗ ਸ਼ੁਰੂ ਕੀਤੀ ਯਾ ਜ਼ਹਰਾ ਪੜਿਆ, ਬਿਸਮਿਲ੍ਲਾਹਿ ਰਹਿਮਾਨ ਰਹੀਮ ਵਲਾ ਨਬਲੋਵੰਨਕੁਮ ਬਿਸ਼ਾਇਮ ਮਿਨਲ ਖੌਫ ਵਲ ਜੂਇ ਵਨਕਸੁ ਮਿਨਲ ਅਮਵਾਲ ਵਲ ਅਨਫੁਸ ਵਸਮਰਾਤ ਵਬਸ਼ਿਰ ਸਾਬਰੀਨ ਅਲਲਜ਼ੀਨਾ ਇਜ਼ਾ ਅਸਾਬਤਹੁਮ ਮੁਸੀਬਾਤ ਕਾਲੂ ਇਨਾ ਲਿਲਾਹ ਵਇਨਾ ਇਲੈਹਿ ਰਾਜਿਊਨ ਸੈਨ ਜ਼ੈਨਬ ਰੋ ਕਿਆ ਜੀ ਅੱਲਾ ਲਾ ਜਲਦੀ ਆ ਤੇਰੇ ਅਕਬਰ ਦਾ ਜਨਾਜ਼ਾ ਤਿਆਰ ਬੀਬੀ ਆਦੀ ਆ ਜਲਦੀ ਆ ਅਕਬਰ ਮੌਤ ਟੁਰਿਆ ਵੇ ਕਿਸ ਚੀਜ਼ ਦਾ ਇੰਤਜ਼ਾਰ ਹੈ ਜੋ ਮੈਂ ਪੜ੍ਹਾਂ ਤਾਂ ਰੋਸੋ ਅੱਲਾ ਲੈਲਾ ਜਲਦੀ ਆ ਬਚੜੇ ਦਾ ਜਨਾਜ਼ਾ ਤਿਆਰ ਅਕਬਰ ਮੌਤ ਟੁਰਿਆ ਵੇ ਮਿੰਬਰ ਦੀ ਇੱਜ਼ਤ ਦੀ ਕਸਮ ਹੈ ਬੀਬੀਆਂ ਪੱਥਰਾਂ ਦੇ ਮਾਤਮ ਸ਼ੁਰੂ ਕੀਤੇ ਲਲੀ ਅਕਬਰ ਅਜੇ ਤਿਆਰੀ ਪੜ੍ਹਦਾ ਪਿਆ ਅੱਲਾਹੁ ਅਕਬਰ ਇੱਕ ਜੁਮਲਾ ਹੋਰ ਉਹਦੇ ਬਾਅਦ ਜਿਹੜੇ ਮਕਸਦ ਵਾਸਤੇ ਮੈਂ ਕੁਸੜ ਮੈਂ ਸ਼ਹਿਜ਼ਾਦੇ ਦੀ ਅਜ਼ਾਨ ਦਿੰਦਾ ਫਿਰ ਇੱਕ ਜੁਮਲਾ ਸ਼ਹਾਦਤ ਦਾ ਅਜੇ ਤਿਆਰੀ ਹੈ ਅੱਲਾਹੁ ਅਕਬਰ ਤਾਇਨ ਨਹੀਂ ਕਰ ਸਕਦੇ ਜ਼ਾਕਿਰ ਮੌਲਾ ਦੇ ਪੜ੍ਹਦੇ ਨੇ ਕੋਈ ਆਦ ਨੌ ਦਫਾ ਅਲੀ ਅਕਬਰ ਕੁਟੋ ਰਹੇ ਕੋਈ ਆਦਾ 13 ਦਫਾ ਕੋਈ ਆਦੇ 18 ਦਫਾ ਹਿਸਾਬ ਨਹੀਂ ਲਾ ਸਕਦੇ ਕਿਤਨੀ ਦੇਰ ਗਰੀਬ ਬਚੜੇ ਕੁੱਟੋ ਰਹੇ ਕਿਤਨੀ ਦੇਰ ਸਾਡਾ ਅੱਲਾਹ ਹੁਣ ਜੋ ਅਲੀ ਅਕਬਰ ਟੁਰੇ ਇਵੇਂ ਹੱਥ ਬਦਨ ਬਾਬਾ ਹੁਣ ਇਮਾਮ ਹੋ ਕੇ ਵਾਅਦਾ ਕਰੋ ਹੁਣ ਮੈਂ ਵਜਾਂ ਮੈਂ ਕੁਛ ਸਡੇ ਸੋਨਾ ਅੱਲਾ ਕਰੇ ਲਫਜ਼ ਪੜ੍ਹ ਲਵਾਂ ਇਮਾਮ ਹੋ ਕੇ ਵਾਅਦਾ ਕਰੋ ਸੈਯਦ ਮੇਰਾ ਲਾਲ ਮੇਰੇ ਨਾਨੇ ਦੀਆਂ ਸ਼ਕਲਾਂ ਵਾਲਾ ਮੈਂ ਇਮਾਮ ਹੋ ਕੇ ਵਾਅਦਾ ਕਰੇ ਨਾ ਲੇਕਿਨ ਮੈਂ ਡੇਖ ਮੈਂ ਗਰੀਬ ਮੈਂ ਵਾਅਦਾ ਕਰੇ ਨਾ ਮੈਂ ਹੁਣ ਨਾ ਸਡੇ ਸਾਂ ਵੰਜ ਅੱਲਾ ਦੇ ਹਵਾਲੇ ਅਲੀ ਅਕਬਰ ਖੁਸ਼ ਹੋਏ ਘੋੜੇ ਤੇ ਸਵਾਰ ਸ਼ਬੀਰ ਕਰਵਾਏ ਬਾਬਾ ਮੇਰੀ ਤਾਜ਼ੀਮ ਕਿਉਂ ਕਰੇ ਸੈਯਦ ਆਦਨ ਬੱਚੜਾ ਸਮਝ ਕੇ ਨਹੀਂ ਨਾਨਾ ਸਮਝ ਕੇ ਚੜ੍ਹਾਵਣ ਆਇਆ ਵੰਜ ਮੇਰਾ ਲਾਲ ਅੱਲਾ ਦੇ ਹਵਾਲੇ ਅਲੀ ਅਕਬਰ ਦਾ ਘੋੜਾ ਟੁਰੇ ਸ਼ਬੀਰ ਦੇ ਕਦਮ ਵਧੇ ਅਲੀ ਅਕਬਰ ਦਾ ਘੋੜਾ ਤੇਜ਼ ਹੋਏ ਮੈਂ ਸਦਕਾ ਸ਼ਬੀਰ ਦੇ ਕਦਮ ਤੇ ਪਾਸੇ ਨਾਲੋਂ ਮੁੱਕੀ ਜਿਹੀ ਆਵਾਜ਼ ਆਈ ਅਕਬਰ ਝਲ ਝਲ ਟੁਰੇ ਮੈਂ ਚੱਕੀਆਂ ਪੀ ਪੀ ਕੇ ਪਲੇ ਦੀ ਰਹੀ ਹੈ ਅਕਬਰ ਮੇਰਾ ਬੱਚੜਾ ਜ਼ਮੀਨ ਤੇ ਜਾਣ ਪਏ ਸੈਯਦਾ ਦਨ ਲਾਲ ਜਲਦੀ ਨਾ ਕਰ ਇੱਕ ਦਫਾ ਵਾਲਾ ਅਲੀ ਅਕਬਰ ਦਾ ਘੋੜਾ ਵਾਪਸ ਆ ਮੈਂ ਕਹਿੰਦਾ ਮੇਰੀ ਜ਼ਾਕਰੀ ਦਾ ਔਖਾ ਮਰਲਾ ਇੱਕ ਦਫਾ ਵਾਲਾ ਅਲੀ ਅਕਬਰ ਦਾ ਘੋੜਾ ਵਾਪਸ ਆਏ ਇਵੇਂ ਹੱਥ ਬਦਨ ਬਾਬਾ ਤੁਸਾਂ ਇਮਾਮ ਹੋ ਕੇ ਵਾਅਦਾ ਕੀਤੇ ਜੋ ਮੈਂ ਹੁਣ ਨਾ ਸੜੇ ਸਾਂ ਸੈਯਦ ਆਦਮ ਮੈਂ ਵਾਅਦੇ ਦਾ ਪਾਬੰਦ ਆ ਮੈਂ ਇਮਾਮ ਮੈਂ ਬਿਲਕੁਲ ਵਾਅਦਾ ਕੀਤੇ ਲੇਕਿਨ ਅਕਬਰ ਹੁਣ ਮੈਂ ਨਹੀਂ ਸੜੇ ਬਾਬਾ ਕਹਿ ਸੜਿਆ ਅਕਬਰ ਅੰਮਾ ਫਿਜ਼ਾ ਪਈ ਸੜੇ ਨੇ ਜਨਾਬ ਫਿਜ਼ਾ ਦੇ ਕਰੀਬ ਆਏ ਅਲੀ ਅਕਬਰ ਅੰਮਾ
بابے کولوں بڑی مشکل نال اجازت ملی ہے مینوں دس کیوں سڈیا ہے جناب فضا ہے رو کے آدھی اکبر میں اے نہیں آدھی سینہ چمائی ون میں اے نہیں آدھی گھوڑے تو لے آ میں لڑکنا دا چینیاں تو منظر اکھی نال دیکھ میں صدقے تھی ماں جڑے ویلے اکبر ڈٹھے جناب سجادی کیڑی حالت ہے ایک ہاتھ پاک کر دے سر دی آئی پیا ہاتھ سکینہ دے سر دی آئی اچھا رو گیا دا تین لا دے تین کو سمجھنا ہے میں ڈڑے ایک میں بازار اچھی کسنا ہے صدقے کربلا بن گئی ہے میں بسم اللہ کروں الحمدللہ الحمدللہ اس ماحول چ میں تک لیا چاہنا الحمدللہ سجاد میں ڈونڈے ایک میں بیمار تائیں لاز تائیں کو سمجھنا ہے میں ہر موڑ تے کسنا ہے میں بازار چ کسنا ہے میں دربار چ کسنا ہے اللہ اکبر حوصلہ جوان یا میری پاک مخدومہ میڈا چودوی رات دا چان اکبر اے سونے دا سلطان تڑی فجر کو روشنی مک ویسی گال دا بہور تڑی فجر کو روشنی مک ویسی گال دا بہور لے وے سن برکے پھپھیاں دے تھیسی زینب ساری اریاں اے حسرت میڈیاں بھیڑا دی اٹھی ڈے اکبر آ حوصلہ جوان حوصلہ 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 اے حسرت میڈیاں بھیڑا دی اٹھی ڈے اکبر آ علی اکبر آدن تڑیاں بھیڑا کوں آزان سناوا میڈی بھیڑ مدینے رہ گئی تڑے حکم کو مان کے محمل جو چپ کر کے سغرا باندی دریاد باندی دریاد ہی کندیت علی اکبر رہت نال تیمم کیت پھوپیاں دی حسرت ہے ماں دی حسرت ہے علی اکبر اکبر اللہ اکبر اللہ اللہ
सिर्फ तुहाडी मुहब्बत वास्ते एक जुमला शहादत दा जितना मैं पढ़ सकता मैं पढ़ लिया अल्हम्दुलिल्लाह। बाबा आशिक हुसैन शाह लोटियाला बिल्कुल मैं शहादत के करीब सही है ज्यादा बाबा आशिक जन दी साबर शाह साहब भी गाल कर दें मेंबर ते बाबा आशिक शाह लोटियाला वह पढ़ते हैं कि बिला तशबीह अकबर कोल पहुंचे मैं सदके थीवा जख्मी पोतर दा सार चा के जानू तरखे सैयदादन भावे मैं करबला दा गरीब हाँ लेकिन मैं मोहरे नबूवत दा सवार हाँ अकबर मैं जाना मेरे कनू का इशा मांग अली अकबर आदन बाबा वत मैं मंगा अकबर मांग अली अकबर प्यू दा हाथ नप किया दन मैं सर क्यों ऐ राकिब मोहर नबूवत दा कौनैन दा पाक शहजादा जे हुक्म करे एक अर्ज करा इवें दिल अकबर दा आहदा अकबर मंगी केड़ी शाय मैडे तुरन दे बाद जा वतन आवे खत निखड़ी दुखिया दा तलकीन दी जाते बाबा साई पड़े वाल वाल खत सो गए मातम सोना लगता है मातम सोना लगता है मैं हालात पैदा कर रहा अली अकबर जी बाबा बाबा आशिक शाह और ये गल्ला नबी आए खड़न मेरा इम्तिहान वे दे खड़न अली अकबर मैं ते कुछ चावन लगा बाबा मैं हाजिर हाँ बाबा मैं तैयार हाँ अल्लाह करे मैं लफ्ज पढ़ लवा तुसा सुन लो बर्दाश्त कर लो ये बिला तशबी ए इस रंग नाल अली अकबर पूछा है नादी अली पढ़ के ए ए
सीने नाल सीना, मुंह नाल मुंह, इस तरीके दे नाल बाबे होरी पढ़दे हुंदे ने, टुरना शुरू किया। सैयद आदम मैं गरीब हाँ, अकबर मेरा साथ देवे, तेरिया फुफिया नाल वादा कर रहे हो जो जींदा मिले सा। अली अकबर हो गया तेरे बाबा, अपनी अपनी किस्मत एक वादा मैं ही कर आया। बाबा मैं तैयार, लहजे बाद पूछ दिन दो कदम चैनन पूछ दिन अकबर तबीयत के हाल। बाबा मैं ठीक हाँ, वत टुर दिन वत पूछ दिन के हाल अकबर। बाबा मैं ठीक हाँ, वत पूछ दिन अकबर, वत हकल दीती है अकबर, हुण जो पंजवी दफा हकल दीती है कोई आवाज नहीं आया, बल्कि अली अकबर दी गर्दन शबीर दे मोढ़े ना लगी। सैयद आदम मैनू राह विच ना उजाड़े, ओ तेरा बुढ़ड़ा प्यूआ तेरिया फुफियां नाल वादा कर। अल्लाह अकबर शबीर औखे लफ्ज़न, शबीर आप दसे दे पैन जो मैं डिठा है, मैनू अली अकबर का वजन घटता है नजर आए। शबीर आदन मैं पिछा मुड़ के डिठा है, अली अकबर के पैरों के तले दो हाथ नजर आए। सैयद आदन औखे वेले कौन मुक्की जाइए आवाज आइए, मैं नजब दा वाली अली है तेकू बचड़े की लाश चवावन आया। शबीर पुत्र नू जमीन ते लिटा के आदन खैबर पटना सौखा है अकबर चावन औखा है। ओ मैं सदके जल्दी दे नाल खैमे दे कोल पहुंचन, हक्कल मारिया मेरिया मावा मेरिया भेणा मेरिया धिया जल्दी आओ, जिन्ना आखिरी वेले मेरे नाने नू मिलना हो। सारिया बीबियां आईयां, शबीर फल बरछिए च हाथ पाए, एक हाथ शबीर दे हाथ आए। बुजुर्ग पढ़दे होंदे बीबी बहन करके आदि है जहरा दा जाया, जहरा दा जाया, जहरा दा मौता मुकाया, मौता मुकाया। अकबर दे सीने तो जरा हाथ उठा जा, अकबर दे सीने जरा हाथ उठा जा। मैं हामले सा, मैं हामले सा, तू बरछी कट गए, तू बरछी कट गए, अपनी नहीं डुगदी ता गाजी को सड़ जाए। अपनी जड़े वेले सैन सकीना नू पता लगे जो मेरा भिरा अकबर नहीं बचदा, जल्दी दे नाल मां दे खैमे आई है, मां दे पासे मुखातब होक बीबी मुंह ते मातम करके आदी है, अम्मा काले कपड़े, अम्मा काले महकू पवा चा, महकू मेरा वीर मर गए मेरे दुर लाओ चा, मेरा वीर मर गए। जल्दी दे नाल भिरा दे कोल पहुंचिए, पक हो गया जो अकबर नहीं बचदा। कदई बीबियां दे चेहरे दोड़े दिए, कदई अकबर दे पासे दे दिए, बीबियां दे पासे वेख के सैन वैन करके आ दिए। वंजे कोई मदीने, वंजे कोई मदीने, सुगरा को आखे, सुगरा को आखे, अकबर दे आवण दिया तांगा लाचा। मात में गुस्सा आया।